ਇਸ ਮਾਮਲਾ ਅੰਮ੍ਰਿਤਸਰ ਦੀ ਚੌਂਕੀ ਬੀ ਬਲਾਕ ਅਧੀਨ ਆਉਂਦੇ ਇਲਾਕਾ ਟਪਈ ਤੋਂ ਸਾਹਮਣੇ ਆਇਆ ਜਿੱਥੇ ਕਿ ਜਿੱਥੋਂ ਦੇ ਰਹਿਣ ਵਾਲੇ ਅੰਗਰੇਜ਼ ਸਿੰਘ ਨੂੰ ਚੌਂਕ ਦੇ ਵਿੱਚ ਨਸ਼ੇ ਕਰਨ ਅਤੇ ਲੜਕੀਆਂ ਨੂੰ ਛੇੜਨ ਵਾਲੇ ਨੌਜਵਾਨਾਂ ਨੂੰ ਰੋਕਣਾ ਮਹਿੰਗਾ ਪੈ ਗਿਆ, ਜਿਸ ਦੇ ਚਲਦੇ ਨੌਜਵਾਨਾਂ ਦੇ ਵੱਲੋਂ ਅੰਗਰੇਜ਼ ਸਿੰਘ ਦੇ ਘਰ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਸੰਬੰਧੀ ਇਲਾਕੇ ਦੇ ਮੁਹਤਰਬਾ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਕਈ ਵਾਰ ਇਹਨਾਂ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ, ਪਰ ਅੱਜ ਵਾਰ ਵਾਰ ਸਮਝਾਉਣ ਤੋਂ ਬਾਅਦ ਵੀ ਇਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ, ਜਿਸ ਦੇ ਚਲਦੇ ਹੁਣ ਅਸੀਂ ਇਲਾਕੇ ਦੇ ਮੁਹਤਬਰਾਂ ਦੇ ਨਾਲ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਵਾਂਗੇ। ਅੰਮ੍ਰਿਤਸਰ ਦੇ ਟੈਪਈ ਦੇ ਵਿੱਚ ਨਸ਼ੇੜੀਆਂ ਦੇ ਵੱਲੋਂ ਹੁੜਦੰਗ ਮਚਾਇਆ ਗਿਆ। ਨੌਜਵਾਨਾਂ ਨੇ ਚੌਂਕ ਦੇ ਵਿੱਚ ਖਲੋਣ ਤੇ ਸ਼ਰਾਬ ਪੀਣ ਤੋਂ ਰੋਕਿਆ ਸੀ, ਜਿਸ ਦੇ ਵੱਲੋਂ ਹੰਗਾਮਾ ਕੀਤਾ ਗਿਆ। ਸੀਸੀਟੀਵੀ ਕੈਮਰੇ 'ਚ ਤਸਵੀਰਾਂ ਵੀ ਕੈਦ ਹੋਈਆਂ ਨੇ। ਫਿਲਹਾਲ ਜਿਹੜੇ ਕਿ ਆਸ ਪਾਸ ਦੇ ਲੋਕ, ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ ਜਾਵੇਗੀ, ਜ਼ਰੂਰ ਜਿਹੜੀ ਕਿ ਇਸਦੀ ਸ਼ਿਕਾਇਤ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਜਾਵੇਗੀ। 15-20 ਮੁੰਡੇ ਘਰੇ ਆ ਗਏ ਆਏ ਨੇ, ਮੇਰੇ ਉੱਤੇ ਹਮਲਾ ਕੀਤਾ ਆ ਇਹਨਾਂ ਨੇ। ਕੀ ਕਹਿੰਦੇ ਆ? ਹੁਣ ਫੇਰ ਆ ਤੇ ਇਹਨਾਂ ਨੇ ਫੇਰ ਉਹਦੇ ਰਾਤੀ ਉਹਦੇ ਹਮਲਾ ਕੀਤਾ ਆ। ਅੱਡੀਆਂ ਵੀ ਤੋੜੀਆਂ, ਟੈਂਪੂ ਵੀ ਤੋੜਿਆ, ਉਹੀ ਦੇ ਸਹੀ ਰਿਵਾਜਾ ਵੀ ਸਾਰਾ ਤੋੜਿਆ। ਮਸਲਾ ਦੇਖੋ ਜੀ, 31 ਤਰੀਕ ਰਾਤ ਲੜਾਈ ਹੋਈ ਸੀ ਹੈਪੀ ਨਾਂ ਦੇ ਮੁੰਡੇ ਦੀ। ਸੋ ਅਸੀਂ ਉੱਥੇ ਛਡਾਇਆ ਸਗੋਂ ਕਿ ਚਲੋ ਯਾਰ ਲੜਾਈ ਨੂੰ ਖਤਮ ਕਰੋ। ਉਹਦੇ 3 ਜਗ੍ਹਾ ਤੋਂ ਸਿਰ ਪੱਟ ਆਇਆ ਸੀ, ਸੋ ਅਸੀਂ ਛਡਾਇਆ। ਸੋ ਛਡਾਉਣ ਤੋਂ ਬਾਅਦ 30-40 ਜਾਣੇ ਫੇਰ ਅੱਧੇ ਘੰਟੇ ਬਾਅਦ ਉੱਥੇ ਲੈ ਕੇ ਆਏ, ਮਹੱਲੇਦਾਰੀ ਦੇ ਵਿੱਚ ਬੋਤਲਾਂ ਚਲਾਈਆਂ ਔਰ ਚੰਗਾ ਗਦਰ ਦਹਿਸ਼ਤ ਦਾ ਮਾਹੌਲ ਬਣਾਇਆ। ਸੋ ਅਸੀਂ ਉਸ ਚੀਜ਼ ਨੂੰ ਅੱਜ 12 ਤਰੀਕ ਹੋ ਗਈ, 13 ਤਰੀਕ ਹੁਣ ਤੱਕ ਉਹਨੂੰ ਅਸੀਂ ਡਿਲੇ ਰੱਖਿਆ ਕਿ ਕੋਈ ਗੱਲ ਨੀ, ਮਹੱਲੇਦਾਰੀ ਏ ਸਾਰਾ ਇੱਕੋ ਪਰਿਵਾਰ ਨੂੰ ਬਹਿ ਕੇ ਮਸਲਾ ਹੱਲ ਕਰ ਲਾਂਗੇ। ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਕੋਈ ਇੰਨਾ ਪ੍ਰੈਸ਼ਰ ਨਹੀਂ ਪਾਇਆ, ਪਰ ਉਸਦੇ ਬਾਵਜੂਦ ਕੀ ਹੋਇਆ, ਉਹਨਾਂ ਨੇ ਗਲਤ ਮਤਲਬ ਸਮਝ ਲਿਆ ਕਿ ਪੁਲਿਸ ਨੇ ਕੀ ਕੀਤਾ ਜਾਂ ਇਹਨਾਂ ਨੇ ਕੀ, ਪ੍ਰਧਾਨਾਂ ਨੇ ਕੀ ਕੀਤਾ ਜਾਂ ਕੋਈ ਪਰਿਵਾਰ ਕੀ ਕਰਨ ਡਿਆ ਜਾਂ ਇੱਥੇ ਮਹੱਲੇਦਾਰੀ ਕੀ ਕੀਤਾ। ਸੋ ਉਹਨਾਂ ਨੇ ਬੀਤੇ ਰਾਤ ਅੰਗਰੇਜ਼ ਸਿੰਘ ਦੇ ਘਰ 10-15 ਜਾਣੇ ਆ ਗਏ ਤੇਜ਼ ਤਾਰ ਹਥਿਆਰਾਂ ਦੇ ਨਾਲ, ਉਹ ਗੇਟ ਨੂੰ ਵੀ ਵੱਢ ਦਿੱਤਾ ਏ। ਸੋ ਉਹਨੇ ਜਾਨ ਬਚਾ ਕੇ ਆਪਣੀ ਉੱਥੋਂ ਭੱਜਿਆ ਕੋਠੇ ਕੰਧ ਟੱਪ ਕੇ, ਤੇ ਜੇ ਉਹ ਤੇਜ਼ਧਾਰ ਹਥਿਆਰ ਗੇਟ ਨੂੰ ਵੱਢ ਸਕਦੇ ਆ ਤੇ ਉਹਨੂੰ ਵੀ ਜਾਨੋਂ ਮਾਰ ਦੇਣਾ ਸੀ। ਉੱਥੇ ਇੱਕ ਟੈਂਪੂ ਦਾ ਸ਼ੀਸ਼ਾ ਤੋੜਿਆ ਗਿਆ, ਟੈਂਪੂ ਤੋੜਿਆ ਗਿਆ, ਸ਼ਿਫਟ ਗੱਡੀ ਉਹ ਤੋੜੀ ਗਈ, ਹੋਰ ਵੀ ਉੱਥੇ ਇੱਟਾਂ ਰੋੜਾਂ ਦਾ ਟੀਨਾ ਟੁੱਟ ਗਈਆਂ ਨਾਲ ਦੇ ਪਾਸੇ ਜਿਹੜੇ ਘਰ ਸੀ ਗੁਆਂਢੀ। ਇਹਦੀ ਮੈਨੂੰ ਸ਼ਿਕਾਇਤ ਆਈ ਸੀਗੀ ਜੀ, ਅਸੀਂ ਮੌਕੇ ਤੇ ਗਏ ਆ, ਲੇਕਿਨ ਕਿਸੇ ਵੀ ਪਾਰਟੀ ਨੇ ਕੋਈ ਕੰਪਲੇਂਟ ਨਹੀਂ ਕੀਤੀ। ਫਿਰ ਵੀ ਵੈਰੀਫਾਈ ਕਰਕੇ ਜਿਨ੍ਹਾਂ ਜਿਨ੍ਹਾਂ ਬੰਦਿਆਂ ਦੇ ਨਾਂ ਲੈ ਰਹੇ ਨੇ ਉਹਨਾਂ ਵਿਰੁੱਧ ਬੰਦੀ।